ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜੇਲ੍ਹ ਦੇ ਅੰਦਰ ਭੰਨਤੋੜ ਕੀਤੀ ਹੈ। ਜੇਲ੍ਹ ਦੇ ਵਿੱਚ ਲੱਗੀ ਹੋਈ LCD ਭੰਨ ਸੁੱਟੀ ਹੈ। ਕਪੂਰਥਲਾ ਜੇਲ੍ਹ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਬੰਦ ਹੈ ਅਤੇ ਜੇਲ੍ਹ ਦੇ ਵਿੱਚ ਇਸ ਦੇ ਵੱਲੋਂ ਭੰਨਤੋੜ ਕੀਤੀ ਗਈ ਹੈ। ਬੈਰਕ ਦੇ ਵਿੱਚ ਬੰਦ, ਸਾਥੀ ਕੈਦੀ ਦੇ ਨਾਲ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਬਹਿਸ ਵੱਧ ਜਾਂਦੀ ਹੈ। ਬਹਿਸ ਵਧਣ ਤੋਂ ਬਾਅਦ ਜੱਗੂ ਭਗਵਾਨਪੁਰੀਆ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਕੰਧ 'ਤੇ ਲੱਗੀ LCD ਨੂੰ ਜ਼ਮੀਨ 'ਤੇ ਸੁੱਟ ਦਿੰਦਾ ਹੈ, ਫਿਰ ਪੈਰ ਮਾਰ ਕੇ LCD ਤੋੜ ਦਿੰਦਾ ਹੈ। ਤਾਂ ਜੱਗੂ ਭਗਵਾਨਪੁਰੀਆ ਦੇ ਵੱਲੋਂ ਜੇਲ੍ਹ ਦੇ ਅੰਦਰ ਤੋੜ ਭੰਨ ਕੀਤੀ ਗਈ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵੱਡਾ ਕਾਂਡ ਕੀਤਾ ਹੈ। ਕਪੂਰਥਲਾ ਜੇਲ੍ਹ ਦੇ ਵਿੱਚ LCD ਲੱਗੀ ਹੋਈ ਸੀ, ਬੈਰਕ 'ਚ ਬੰਦ ਕੈਦੀ ਦੇ ਨਾਲ ਬਹਿਸ ਹੁੰਦੀ ਹੈ, ਜਿਸ ਤੋਂ ਬਾਅਦ LCD ਨੂੰ ਜ਼ਮੀਨ 'ਤੇ ਸੁੱਟ ਕੇ ਠੁੱਡਾ ਮਾਰਦਾ ਹੈ ਅਤੇ LCD ਤੋੜ ਦਿੰਦਾ ਹੈ। ਇਸ ਦੇ ਨਾਲ ਨਾਲ ਬਿਜਲੀ ਦੇ ਕਈ ਉਪਕਰਨਾਂ ਦੇ ਨਾਲ ਵੀ ਇਸ ਨੇ ਛੇੜਛਾੜ ਕੀਤੀ ਹੈ। ਜੇਲ੍ਹ ਦੇ ਕੈਦੀਆਂ ਨੂੰ ਜਾਨ ਦੇ ਖਤਰਾ ਹੈ। ਦੱਸ ਦਈਏ ਕਿ ਜੇਲ੍ਹ ਦੇ ਜਿਹੜੇ ਕੈਦੀ ਨੇ ਉਹਨਾਂ ਨੂੰ ਜਾਨ ਤੋਂ ਖਤਰਾ ਹੈ, ਕਿਉਂਕਿ ਇਸ ਤਰ੍ਹਾਂ ਦਾ ਵਰਤਾਵ ਜੱਗੂ ਭਗਵਾਨਪੁਰੀਏ ਦਾ, ਜਿਸ ਕਰਕੇ ਜੇਲ੍ਹ ਪ੍ਰਸ਼ਾਸਨ ਨੇ ਹੁਣ ਸ਼ਿਕਾਇਤ ਕੀਤੀ ਹੈ ਅਤੇ ਜੱਗੂ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਹੈ, ਸਿੱਧੂ ਮੂਸੇ ਵਾਲੇ ਕਤਲ ਕਾਂਡ ਦੇ ਵਿੱਚ ਵੱਡਾ ਨਾਮ ਜੱਗੂ ਭਗਵਾਨਪੁਰੀਆ, ਗੈਂਗਸਟਰ ਜੱਗੂ ਭਗਵਾਨਪੁਰੀਆ, ਜੋ ਕਿ ਪਹਿਲਾਂ ਲਾਰੈਂਸ ਅਤੇ ਗੋਲਡੀ ਦਾ ਸਾਥੀ ਹੁੰਦਾ ਸੀ। ਮੂਸੇ ਵਾਲਾ ਕਤਲ ਕਾਂਡ ਤੋਂ ਬਾਅਦ ਦੋਨੇ ਅੱਡ ਅੱਡ ਹੋ ਗਏ, ਜਿਸ ਤੋਂ ਬਾਅਦ ਹੁਣ ਜੱਗੂ ਭਗਵਾਨਪੁਰੀਆ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਲਾਰੈਂਸ ਕਿਸੇ ਹੋਰ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਹੁਣ ਜੱਗੂ ਭਗਵਾਨਪੁਰੀਏ ਦੇ ਵੱਲੋਂ ਜੇਲ੍ਹ ਦੀ ਭੰਨ ਤੋੜ ਕੀਤੀ ਗਈ ਹੈ। LCD ਲੱਗੀ ਸੀ ਜੇਲ੍ਹ ਦੀ ਕੰਧ 'ਤੇ, ਜੋ ਕਿ ਇਸਨੇ ਪਹਿਲਾਂ ਜੇਲ੍ਹ ਦੀ ਕੰਧ ਤੋਂ LCD ਉਤਾਰੀ ਅਤੇ ਪਹਿਲਾਂ ਹੇਠਾਂ ਸੁੱਟੀ, ਫਿਰ LCD 'ਤੇ ਠੁੱਡੇ ਮਾਰੇ, ਜਿਸ ਕਰਕੇ LCD ਟੁੱਟ ਗਈ ਹੈ। ਤਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ, ਕੇਸ ਦਰਜ ਕਰਵਾਇਆ ਗਿਆ ਹੈ ਜੱਗੂ ਭਗਵਾਨਪੁਰੀਆ 'ਤੇ। ਤਾਂ ਦੇਖ ਸਕਦੇ ਹੋ ਕਿ ਗੈਂਗਸਟਰ ਕਿਵੇਂ ਜੇਲ੍ਹ ਦੇ ਅੰਦਰ ਰਾਜਿਆਂ ਦੇ ਵਾਂਗ ਰਹਿੰਦੇ ਨੇ। ਜੇਕਰ ਗੁੱਸਾ ਆ ਗਿਆ ਤਾਂ ਦੇਖੋ ਕਿਵੇਂ ਤੋੜ ਭੰਨ ਕੀਤੀ ਗਈ ਹੈ ਇਸ ਦੇ ਵੱਲੋਂ। ਤਾਂ ਜੇਲ੍ਹ ਪ੍ਰਸ਼ਾਸਨ ਹੁਣ ਦੇਖਣਾ ਹੋਵੇਗਾ ਕਿ ਇਸ ਖਿਲਾਫ਼ ਕੀ ਐਕਸ਼ਨ ਲੈਂਦਾ ਹੈ, ਕਿਉਂਕਿ ਬੈਰਕ ਦੇ ਅੰਦਰ ਜਿਹੜਾ ਇਸਦਾ ਸਾਥੀ ਕੈਦੀ ਸੀ, ਇੱਕੋ ਬੈਰਕ ਦੇ ਅੰਦਰ ਇਹ ਅਤੇ ਬਹਿਸ ਕਰਨ ਵਾਲਾ ਕੈਦੀ ਦੋਨੇ ਕੈਦ ਸੀ। ਤਾਂ ਦੋਨਾਂ ਦੀ ਆਪਸ ਦੇ ਵਿੱਚ ਬਹਿਸ ਹੁੰਦੀ ਹੈ, ਜਿਸ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਗੁੱਸਾ ਆ ਜਾਂਦਾ ਹੈ ਅਤੇ ਗੁੱਸੇ ਦੇ ਵਿੱਚ ਆ ਕੇ ਉਸਨੇ ਜੇਲ੍ਹ ਅੰਦਰ ਤੋੜ ਭੰਨ ਕੀਤੀ ਹੈ ਅਤੇ ਇਸੇ ਦੌਰਾਨ ਉਸਨੇ LED ਵੀ ਤੋੜ ਦਿੱਤੀ ਠੁੱਡਾ ਮਾਰ ਕੇ। ਤਾਂ ਦੇਖੋ ਇਹ ਤਸਵੀਰਾਂ ਜੋ ਜੱਗੂ ਭਗਵਾਨਪੁਰੀਆਂ ਦੀਆਂ ਨੇ, ਇਹ ਉਹੀ ਜੱਗੂ ਭਗਵਾਨਪੁਰੀਆ ਹੈ, ਗੈਂਗਸਟਰ ਜੋ ਕਿ ਕਿਸੇ ਵੇਲੇ ਲਾਰੈਂਸ ਦੇ ਨਾਲ ਹੁੰਦਾ ਸੀ। ਮੂਸੇ ਵਾਲਾ ਕਤਲ ਕਾਂਡ ਦੇ ਵਿੱਚ ਕਾਫੀ ਨਾਮ ਆਇਆ ਜੱਗੂ ਭਗਵਾਨਪੁਰੀਏ ਦਾ ਅਤੇ ਹੁਣ ਇਸਨੇ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਕਾਂਡ ਕਰ ਦਿੱਤਾ ਹੈ। ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜੇਲ੍ਹ ਦੇ ਅੰਦਰ ਭੰਨ ਤੋੜ ਕੀਤੀ ਹੈ। ਜੇਲ੍ਹ ਦੇ ਵਿੱਚ ਲੱਗੀ ਹੋਈ LCD ਭੰਨ ਸੁੱਟੀ ਹੈ। ਕਪੂਰਥਲਾ ਜੇਲ੍ਹ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਬੰਦ ਹੈ ਅਤੇ ਜੇਲ੍ਹ ਦੇ ਵਿੱਚ ਇਸ ਦੇ ਵੱਲੋਂ ਭੰਨ ਤੋੜ ਕੀਤੀ ਗਈ ਹੈ। ਬੈਰਕ ਦੇ ਵਿੱਚ ਬੰਦ, ਸਾਥੀ ਕੈਦੀ ਦੇ ਨਾਲ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਬਹਿਸ ਵੱਧ ਜਾਂਦੀ ਹੈ। ਬਹਿਸ ਵਧਣ ਤੋਂ ਬਾਅਦ ਜੱਗੂ ਭਗਵਾਨਪੁਰੀਆ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਕੰਧ 'ਤੇ ਲੱਗੀ LCD ਨੂੰ ਜ਼ਮੀਨ 'ਤੇ ਸੁੱਟ ਦਿੰਦਾ ਹੈ, ਫਿਰ ਪੈਰ ਮਾਰ ਕੇ LCD ਤੋੜ ਦਿੰਦਾ ਹੈ। ਤਾਂ ਜੱਗੂ ਭਗਵਾਨਪੁਰੀਆ ਦੇ ਵੱਲੋਂ ਜੇਲ੍ਹ ਦੇ ਅੰਦਰ ਤੋੜ ਭੰਨ ਕੀਤੀ ਗਈ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵੱਡਾ ਕਾਂਡ ਕੀਤਾ ਹੈ। ਕਪੂਰਥਲਾ ਜੇਲ੍ਹ ਦੇ ਵਿੱਚ LCD ਲੱਗੀ ਹੋਈ ਸੀ, ਬੈਰਕ 'ਚ ਬੰਦ ਕੈਦੀ ਦੇ ਨਾਲ ਬਹਿਸ ਹੁੰਦੀ ਹੈ, ਜਿਸ ਤੋਂ ਬਾਅਦ LCD ਨੂੰ ਜ਼ਮੀਨ 'ਤੇ ਸੁੱਟ ਕੇ ਠੁੱਡਾ ਮਾਰਦਾ ਹੈ ਅਤੇ LCD ਤੋੜ ਦਿੰਦਾ ਹੈ। ਇਸ ਦੇ ਨਾਲ ਨਾਲ ਬਿਜਲੀ ਦੇ ਕਈ ਉਪਕਰਨਾਂ ਦੇ ਨਾਲ ਵੀ ਇਸਨੇ ਛੇੜਛਾੜ ਕੀਤੀ ਹੈ। ਜੇਲ੍ਹ ਦੇ ਕੈਦੀਆਂ ਨੂੰ ਜਾਨ ਦੇ ਖਤਰਾ ਹੈ। ਦੱਸ ਦਈਏ ਕਿ ਜੇਲ੍ਹ ਦੇ ਜਿਹੜੇ ਕੈਦੀ ਨੇ ਉਹਨਾਂ ਨੂੰ ਜਾਨ ਤੋਂ ਖਤਰਾ ਹੈ, ਕਿਉਂਕਿ ਇਸ ਤਰ੍ਹਾਂ ਦਾ ਵਰਤਾਵ ਜੱਗੂ ਭਗਵਾਨਪੁਰੀਏ ਦਾ,
ਜਿਸ ਕਰਕੇ ਜੇਲ੍ਹ ਪ੍ਰਸ਼ਾਸਨ ਨੇ ਹੁਣ ਸ਼ਿਕਾਇਤ ਕੀਤੀ ਹੈ ਤੇ ਜੱਗੂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਹੈ, ਸਿੱਧੂ ਮੂਸੇ ਵਾਲੇ ਕਤਲ ਕਾਂਡ ਦੇ ਵਿੱਚ ਵੱਡਾ ਨਾਮ ਜੱਗੂ ਭਗਵਾਨਪੁਰੀਆ, ਗੈਂਗਸਟਰ ਜੱਗੂ ਭਗਵਾਨਪੁਰੀਆ ਜੋ ਕਿ ਪਹਿਲਾਂ ਲਾਰੈਂਸ ਅਤੇ ਗੋਲਡੀ ਦਾ ਸਾਥੀ ਹੁੰਦਾ ਸੀ, ਮੂਸੇ ਵਾਲਾ ਕਤਲ ਕਾਂਡ ਤੋਂ ਬਾਅਦ ਦੋਨੇ ਅੱਡ ਅੱਡ ਹੋ ਗਏ, ਜਿਸ ਤੋਂ ਬਾਅਦ ਹੁਣ ਜੱਗੂ ਭਗਵਾਨਪੁਰੀਆ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਲਾਰੈਂਸ ਕਿਸੇ ਹੋਰ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਹੁਣ ਜੱਗੂ ਭਗਵਾਨਪੁਰੀਏ ਦੇ ਵੱਲੋਂ ਜੇਲ੍ਹ ਦੀ ਭੰਨਤੋੜ ਕੀਤੀ ਗਈ ਹੈ। LCD ਲੱਗੀ ਸੀ ਜੇਲ੍ਹ ਦੀ ਕੰਧ 'ਤੇ, ਜੋ ਕਿ ਇਸਨੇ ਪਹਿਲਾਂ ਜੇਲ੍ਹ ਦੀ ਕੰਧ ਤੋਂ LCD ਉਤਾਰੀ ਅਤੇ ਪਹਿਲਾਂ ਹੇਠਾਂ ਸੁੱਟੀ, ਫਿਰ LCD 'ਤੇ ਠੁੱਡੇ ਮਾਰੇ, ਜਿਸ ਕਰਕੇ LCD ਟੁੱਟ ਗਈ ਹੈ। ਤਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ, ਕੇਸ ਦਰਜ ਕਰਵਾਇਆ ਗਿਆ ਹੈ ਜੱਗੂ ਭਗਵਾਨਪੁਰੀਆ 'ਤੇ। ਤਾਂ ਦੇਖ ਸਕਦੇ ਹੋ ਕਿ ਗੈਂਗਸਟਰ ਕਿਵੇਂ ਜੇਲ੍ਹ ਦੇ ਅੰਦਰ ਰਾਜਿਆਂ ਦੇ ਵਾਂਗ ਰਹਿੰਦੇ ਨੇ। ਜੇਕਰ ਗੁੱਸਾ ਆ ਗਿਆ ਤਾਂ ਦੇਖੋ ਕਿਵੇਂ ਤੋੜ ਭੰਨ ਕੀਤੀ ਗਈ ਹੈ ਇਸ ਦੇ ਵੱਲੋਂ। ਤਾਂ ਜੇਲ੍ਹ ਪ੍ਰਸ਼ਾਸਨ ਹੁਣ ਦੇਖਣਾ ਹੋਵੇਗਾ ਕਿ ਇਸ ਖਿਲਾਫ ਕੀ ਐਕਸ਼ਨ ਲੈਂਦਾ ਹੈ, ਕਿਉਂਕਿ ਬੈਰਕ ਦੇ ਅੰਦਰ ਜਿਹੜਾ ਇਸਦਾ ਸਾਥੀ ਕੈਦੀ ਸੀ, ਇੱਕੋ ਬੈਰਕ ਦੇ ਅੰਦਰ ਇਹ ਅਤੇ ਬਹਿਸ ਕਰਨ ਵਾਲਾ ਕੈਦੀ ਦੋਨੇ ਕੈਦ ਸੀ, ਤਾਂ ਦੋਨਾਂ ਦੀ ਆਪਸ ਦੇ ਵਿੱਚ ਬਹਿਸ ਹੁੰਦੀ ਹੈ, ਜਿਸ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਗੁੱਸਾ ਆ ਜਾਂਦਾ ਹੈ ਅਤੇ ਗੁੱਸੇ ਦੇ ਵਿੱਚ ਆ ਕੇ ਉਸਨੇ ਜੇਲ੍ਹ ਅੰਦਰ ਤੋੜ ਭੰਨ ਕੀਤੀ ਹੈ ਅਤੇ ਇਸੇ ਦੌਰਾਨ ਉਸਨੇ LED ਵੀ ਤੋੜ ਦਿੱਤੀ ਠੁੱਡਾ ਮਾਰ ਕੇ। ਤਾਂ ਦੇਖੋ ਇਹ ਤਸਵੀਰਾਂ ਜੋ ਜੱਗੂ ਭਗਵਾਨਪੁਰੀਆਂ ਦੀਆਂ ਨੇ, ਇਹ ਉਹੀ ਜੱਗੂ ਭਗਵਾਨਪੁਰੀਆ ਹੈ ਗੈਂਗਸਟਰ ਜੋ ਕਿ ਕਿਸੇ ਵੇਲੇ ਲਾਰੈਂਸ ਦੇ ਨਾਲ ਹੁੰਦਾ ਸੀ। ਮੂਸੇ ਵਾਲਾ ਕਤਲ ਕਾਂਡ ਦੇ ਵਿੱਚ ਕਾਫੀ ਨਾਮ ਆਇਆ ਜੱਗੂ ਭਗਵਾਨਪੁਰੀਏ ਦਾ ਅਤੇ ਹੁਣ ਇਸਨੇ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਕਾਂਡ ਕਰ ਦਿੱਤਾ ਹੈ।